ਆਮ ਤੌਰ ਤੇ ਪੰਜਾਬੀਆਂ ਨੂੰ ਹੱਕ ਦੋ ਧੰਨੇ ਜਿਹੜੇ ਨੇ ਉਹ ਨੌਨ ਪੰਜਾਬੀਆਂ ਕੋਲ ਅਕਸਰ ਸੁਣਨੇ ਪਉਂਦੇ ਨੇ ਜਿਸ ਵੇਲੇ ਉਹਨਾਂ ਦੇ ਨਾਲ ਉਹਨਾਂ ਦਾ ਇੰਟਰੈਕਸ਼ਨ ਹੁੰਦਾ ਹੈ ਚਾਹੇ ਯੂਨੀਵਰਸਿਟੀ 'ਚ ਹੋਵੇ ਕਾਲਜ ਵਿੱਚ ਹੋਵੇ ਜਾਂ ਮੁਰ ਕਿਸੇ ਵੀ ਥਾਂ ਤੇ ਇੱਕ ਇਹ ਕਿ ਪੰਜਾਬੀ ਜਿਹੜੇ ਨੇ ਉਹ ਸਿੱਖਾਂ ਦੀ ਉਲਾਦ ਨੇ ਔਰ ਦੂਜਾ ਜਿਹੜਾ ਹੈ ਉਹ ਇਹ ਕਿ ਪੰਜਾਬੀ ਜਿਹੜੇ ਨੇ ਇਹ ਬੁੱਤ پرستਾਂ ਦੀ ਉਲਾਦ ਹੈ ਹਿੰਦੂਆਂ ਦੀ ਉਲਾਦ ਹੈ ਪਹਿਲਾ ਜਿਹੜਾ ਹੈ ਕਿ ਸਿੱਖਾਂ ਦੀ ਉਲਾਦ ਹੈ ਤੇ جناب ਗੁਜ਼ਾਰਸ਼ ਇਹ ਹੈ ਕਿ ਬਾਬਾ ਫਰੀਦ ਜਿਹੜੇ ਨੇ حضرت ਬਾਬਾ ਫਰੀਦ 11ਵੀਂ ਸਦੀ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਕਾਫੀਆਂ ਨੇ ਸ਼ਾਇਰੀਏ ਉਹਨਾਂ ਦੇ ਜਿਹੜਾ ਦੌਰ ਹੈ ਉਹ ਮਿਲਦਾ ਹੈ ਤੇ حضرت ਬਾਬਾ ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹ 14ਵੀਂ 15ਵੀਂ ਸਦੀ ਦੇ ਵਿੱਚ ਆਏ ਨੇ ਤਸ਼ਰੀਫ ਲੈ ਆਏ ਨੇ ਤੇ ਤਾਂ ਕਰਕੇ ਜਿਹੜੇ ਬਾਬਾ ਫਰੀਦ ਜਿਹੜੇ ਨੇ ਉਹ ਸਿੱਖ ਮਸਜਬ ਤੋਂ ਕਈ ਹਰਸੇ ਪਹਿਲੇ ਜਿਹੜੇ ਨੇ ਘਟੋ ਘਟ ਕੋਈ 4-500 ਸਾਲ ਪਹਿਲੇ ਪੰਜਾਬ ਦੇ ਵਿੱਚ ਆਏ ਤੋਂ ਨੰਦੀ ਜਿਹੜਾ ਦੌਰੇ ਉਹ ਮੌਜੂਦਾ ਬਾਕੀ ਜਿਹੜੀ ਗੱਲ ਰਹੀ ਕਿ ਜਿਹੜੇ ਪੰਜਾਬੀ ਨੇ ਉਹ ਹਿੰਦੂਆਂ ਦੀ ਉਲਾਦ ਨੇ ਔਰ ਹਿੰਦੂਆਂ ਨੂੰ ਮਾਰਾ ਇਸ ਵਜ੍ਹਾ ਤੂੰ ਆਖਿਆ ਜਾਂਦਾ ਕਿਉਂਕਿ ਉਹ ਬੁੱਤਪਰਸਤੀ ਕਰਦੇ ਨੇ ਤੇ ਜਨਾਬ ਗੁਜ਼ਾਰਿਸ਼ ਇਹ ਹੈ ਕਿ ਇਸਲਾਮ ਆਉਣ ਤੋਂ ਪਹਿਲੇ ਅਰਬਾਂ ਦਾ ਤੇ ਹਿੰਦੂਆਂ ਦਾ ਇੱਕ ਹੀ ਮਜ਼ਬਾ ਆਇਆ ਹਿੰਦੂਆਂ ਨੂੰ ਹਿੰਦੂ ਇਸਵਾਜਾ ਤੂੰ ਆਖਿਆ ਜਾਂਦਾ ਕਿਉਂਕਿ ਹਿੰਦੁਸਤਾਨ ਦੇ ਰਹਿਣ ਵਾਲੇ ਆਏ ਤੇ ਅਰਬ ਜਿਹੜੇ ਨੇ ਉਹ ਸਾਰਾ ਅਰਬ ਦੀ ਸਰਜ਼ਮੀਨ ਤੇ ਰਹਿੰਦੇ ਆ ਲੇਕਿਨ ਮذਬੀ ਤੌਰ ਤੇ ਇਸਲਾਮ ਆਉਣ ਤੋਂ ਪਹਿਲੇ ਅਰਬ ਵੀ ਉਹੀ ਬੁੱਤਪਰਸਤੀ ਕਰਦੇ ਆ ਜਿਹੜੀ ਕਿ ਹਿੰਦੂ ਕਰਦੇ ਆ ਜੇ ਉਹਨਾਂ ਦੇ ਉੱਤੇ ਇਲਜ਼ਾਮ ਹੈ ਖਾਨਕਾਬਦ ਦੇ ਹਵਾਲੇ ਨਾਲ ਕਿਹਾ ਜਾਂਦਾ ਹੈ ਕਿ ਸਾਰਾ ਜਿਹੜਾ ਬੁੱਤਾਂ ਦੇ ਨਾਲ ਭਰਿਆ ਹੋਇਆ ਹਰ ਕਬੀਲੇ ਦੇ ਆਪਣੇ ਆਪਣੇ ਵੱਖਰੇ ਵੱਖਰੇ ਬੁੱਤ ਹੈ ਤੇ ਮذਬਬ ਤੇ ਇਕਿਆ ਕੋਮਾਂ ਬਾਵੇਂ ਵੱਖਰੀਆਂ ਵੱਖਰੀਆਂ ਆਈਆਂ ਮذਬ ਇਕਾਂ ਤੇ ਮੁਰ ਇਹ ਤਾਂ ਨਾ ਮੇਣਾ ਜਿਹੜਾ ਇਹ ਪੰਜਾਬੀਆਂ ਨੂੰ ਸਿਰਫ ਮਾਰਿਆ ਜਾਣਾ ਕਿ ਤੁਹਾਡੇ ਜਿਹੜੇ ਵੜਕੇ ਆਏ ਉਹ ਬੁੱਤਪਰਸਤੀ ਕਰਦੇ ਆ ਆ حضرت ابراہیم علیہ السلام دے والد صاحب دے بارے اں آکھیا جاندا ہے کہ او بت بنا کے بیچ دے اں اور حضرت موسی علیہ السلام جس ویلے کوہ طور تے اللہ پاک نال ملاقات کرن واسطے تشریف لے کے گئے تے پیچھے جڑی اوناں دی قوم ائی اوناں گاں دا بت بنا کے تے مجسمہ بنا کے تے اون دی عبادت شروع کر دتی ائی ਤੇ ਜਿਹੜੇ ਇਹ ਜਿੰਨੇ ਪੁਰਾਣੇ ਜਿਹੜੇ ਜਿੰਨੇ ਵੀ ਅਗਰ ਤੁਸੀਂ ਹਿਸਟਰੀ ਪੜੋ ਤਾਰੀਖ ਪੜੋ ਤੇ ਬੁੱਤਪ੍ਰਸਤੀ ਉਹਦੇ ਵਿੱਚ ਹਰ ਮਜ਼ਬ ਦੇ ਜਿਹੜੇ ਪਹਿਲੇ ਵੜਕੇ ਆਏ ਉਹ ਕਰਦੇ ਰਹੇ ਆਏ ਤੇ ਲੇਕਿਨ ਤਾਨਾ ਮੇਣਾ ਸਿਰ ਪੰਜਾਬੀਆਂ ਨੂੰ ਮਾਰਨਾ ਇਹ ਬੜੀ ਨਾ ਇਨਸਾਫੀ ਵਾਲੀ ਗੱਲ ਹੈ